ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੱਡਿਆਂ ਨੂੰ ਸਤਿਕਾਰ, ਛੋਟਿਆਂ ਨੂੰ ਪਿਆਰ। ਅਸੀਂ ਜਾ ਰਹੇ ਹਾਂ ਜੀ ਹੇਮਕੁੰਟ ਸਾਹਿਬ ਦਰਸ਼ਨ ਦਾਦਾਰਿਆਂ ਲਈ, ਜੋ ਓਪਨ ਹੋ ਰਿਹਾ ਜੀ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਇਸ ਟਾਈਮ ਗੈਟਵੇ ਏਅਰਪੋਰਟ 'ਤੇ ਖੜ੍ਹੇ ਹਾਂ ਔਰ ਇੱਥੋਂ ਸਾਡੀ ਫਲਾਈਟ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਜੀ, ਦਰਸ਼ਨ ਕਰਾਵਾਂਗੇ ਜੀ। ਪਲੀਜ਼ ਚੈਨਲ ਨਾਲ ਬਣੇ ਰਹੋ। ਪੂਰੀ ਔਰ ਲੱਗਦਾ ਹੈ ਕਿ ਸੌਂ ਕੇ ਜਾਵਾਂਗੇ। ਸਾਡਾ ਜਹਾਜ਼ ਖਾਲੀ ਆ, ਬਿਲਕੁਲ ਸੀਟਾਂ ਸਾਰੀਆਂ ਖਾਲੀ, ਉੱਧਰ ਵੀ ਖਾਲੀ ਹੈ। ਸੌਂ ਕੇ ਜਾਵਾਂਗੇ। ਇਕਨੋਮੀ ਕਲਾਸ ਸੀ ਕਿ ਬਿਜ਼ਨਸ ਕਲਾਸ ਹੋ ਗਈ ਹੈ। ਧੰਨ ਗੁਰੂ ਰਾਮਦਾਸ ਜੀ, ਕਿਰਪਾ ਹੋ ਗਈ ਜੀ, ਸੇਫਲੀ ਲੈਂਡਿੰਗ। ਲਓ ਜੀ ਬੈਠ ਗਏ ਆਪਾਂ। ਥੈਂਕ ਯੂ ਸ਼ੇਰ ਸਿੰਘ ਭਾਅ ਜੀ। 36 ਹੈ, ਗਰਮੀ ਹੈ ਯਾਰ ਫਿਰ। ਹੈ ਬੋਲੇ ਸੋਨਿਹਾਲ, ਸਤਿ ਸ਼੍ਰੀ ਅਕਾਲ। ਲੈ ਕੇ ਚੱਲਦੇ ਹਾਂ ਜੀ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਦਰਬਾਰ ਸਾਹਿਬ ਮੱਥਾ ਟੇਕ ਕੇ, ਔਰ ਉੱਥੇ ਚੂਲਾ ਲੈ ਕੇ ਫਿਰ ਆਪਾਂ ਚੱਲਾਂਗੇ ਜੀ। ਗਰਮੀਆਂ ਦਾ ਤੋਹਫ਼ਾ ਕਹਿੰਦੇ ਆ ਨਾ, ਕਿਆ ਬਾਤ ਹੈ, ਗਰਮੀਆਂ ਦਾ ਤੋਹਫ਼ਾ ਨਾ, ਕਿਆ ਮਜ਼ਾ। ਹੋ ਗਿਆ ਜੀ ਦਰਬਾਰ ਸਾਹਿਬ। ਸਤਿ ਸ਼੍ਰੀ ਅਕਾਲ ਅੰਕਲ ਜੀ। ਥੈਂਕ ਯੂ ਅੰਕਲ ਜੀ। ਉਹ ਜੀ ਆਪਾਂ ਇੱਥੇ ਬਹਿ ਜਾਂਦੇ ਹਾਂ ਗੱਡੀ ਦੇ ਲਾਗੇ, ਸਾਹਮਣੇ ਗੱਡੀ ਆ, ਨਾਲੇ ਦਿਖਦੀ ਰਹੂਗੀ। ਥੈਂਕ ਯੂ ਵੀਰੇ। ਮਿੱਸੀ ਰੋਟੀ, ਥੈਂਕ ਯੂ ਵੀਰੇ, ਥੈਂਕ ਯੂ। ਕਰਦੇ ਹਾਂ ਜੀ ਸ਼ੁਰੂ। ਗੋ ਜੀ ਆ ਗਈ ਲੱਸੀ। ਕੱਲ੍ਹ ਦੀ ਆਪਣੀ ਯਾਤਰਾ ਜਿਹੜੀ ਸ਼ੁਰੂ ਹੋ ਰਹੀ ਹੈ ਜੀ ਸ਼੍ਰੀ ਹੇਮਕੁੰਟ ਸਾਹਿਬ, ਉਹਦੇ ਨਾਲ ਬਣੇ ਰਹੋ ਜੀ। ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਜੋ ਤੁਹਾਡੀ ਸਪੋਰਟ ਨਾਲ ਤੁਹਾਨੂੰ ਹੋਰ ਵੀ ਇੱਦਾਂ ਦੇ ਨਜ਼ਾਰੇ ਜਾਂ ਦ੍ਰਿਸ਼ ਦਿਖਾਉਂਦੇ ਰਹਾਂਗੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੱਡਿਆਂ ਨੂੰ ਸਤਿਕਾਰ, ਛੋਟਿਆਂ ਨੂੰ ਪਿਆਰ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਜੋ ਕਿ 25 ਮਈ ਨੂੰ ਖੁੱਲ੍ਹਣ ਜਾ ਰਿਹਾ। ਆਪਣੇ ਪਿੰਡ ਬੇਗਵਾਲ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਜੀ, ਸੰਤ ਬਾਬਾ ਪ੍ਰੇਮ ਸਿੰਘ ਦੇ ਸਥਾਨ 'ਤੇ ਖੜ੍ਹੇ ਹਾਂ। ਆਪਾਂ ਜਾ ਰਹੇ ਹਾਂ ਜੀ ਦਰਸ਼ਨ ਕਰਨ,
ਔਰ ਉਸ ਤੋਂ ਬਾਅਦ ਅਸੀਂ ਆਪਣੀ ਯਾਤਰਾ ਆਰੰਭ ਕਰਾਂਗੇ। ਬਣੇ ਰਹੋ ਜੀ, ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਹਾਂ ਜੀ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਜੋ ਖੁੱਲ੍ਹ ਰਹੇ ਨੇ 25 ਮਈ ਨੂੰ। ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਮੁਰਾਲੇ ਵਾਲਿਆਂ ਦਾ ਬਰਸੀ ਦੇ ਸੰਬੰਧ ਵਿੱਚ ਤਿਆਰੀਆਂ ਜੋ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ। ਦਰਸ਼ਨ ਕਰੋ ਜੀ, ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਸਥਾਨ। ਇੱਥੋਂ ਅਸੀਂ ਨਮਸਕਾਰ ਕਰਕੇ ਆਪਾਂ ਹੁਣ ਆਪਣੀ ਯਾਤਰਾ ਆਰੰਭ ਕਰਾਂਗੇ। ਧੰਨ ਗੁਰੂ ਨਾਨਕ ਜੀ, ਜੋ ਪ੍ਰਬੰਧ ਚੱਲਦੇ ਹੋਏ ਜੀ। ਇਸ ਟਾਈਮ ਅਸੀਂ ਖੜੇ ਹਾਂ ਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਡੇਰਾ ਸਥਾਨ ਪਿੰਡ ਬੇਗੋਵਾਲ। ਇੱਥੋਂ ਆਪਣੀ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਇਸ ਸਥਾਨ ਨਾਲ ਆਪਣੀਆਂ ਕਾਫੀ ਯਾਦਾਂ ਜੁੜੀਆਂ ਹੋਈਆਂ ਨੇ। ਆਪਾਂ ਰੁਕੇ ਜੀ, ਸੋਨੂੰ ਘੁੰਮਣ ਹੈ, ਠੀਕ ਹੈ, ਵੈਲਡਿੰਗ ਵੈਲਡਿੰਗ ਹਾਂ ਅਸੀਂ ਉਹ ਕਰਵਾਉਣ ਲੱਗੇ ਜੀ ਥੋੜ੍ਹਾ ਜਿਹਾ ਕੰਮ। ਯਾਤਰਾ ਜਾਣਾ ਤਾਂ ਪਤਾ ਲੱਗਿਆ ਜੀ, ਗੱਡੀ ਯਾਤਰਾ 'ਤੇ ਜਾ ਰਹੀ ਹੈ ਔਰ ਆਪਾਂ ਇੱਕ ਨਿਸ਼ਾਨ ਸਾਹਿਬ ਝੰਡਾ ਲਾਵਾਂਗੇ ਅੱਗੇ। ਔਰ ਕੀ ਨਾਂ ਕੀ ਤਰ੍ਹਾਂ ਵੀਰੇ? ਹੈਂ ਸੁਮਿਤ, ਸੁਮਿਤ ਸਾਡੇ ਪਾਸੇ ਕਰ ਰਿਹਾ, ਬਹੁਤ ਵਧੀਆ, ਸ਼ਾਬਾਸ਼, ਥੈਂਕ ਯੂ ਸੁਮਿਤ ਦਾ। ਸਾਨੂੰ ਉਹ ਨਿਸ਼ਾਨ ਸਾਹਿਬ ਵਾਸਤੇ ਜਗ੍ਹਾ ਬਣਾ ਦੇਣ ਲੱਗਾ ਔਰ ਪਤਾ ਲੱਗੇਗਾ ਜੀ ਫਿਰ ਨਿਸ਼ਾਨ ਸਾਹਿਬ ਵੀ ਯਾਤਰਾ ਵਾਲੀ ਗੱਡੀ ਜਾ ਰਹੀ ਹੈ। ਤੇਲ ਹੋ ਗਿਆ ਜੀ ਫੁੱਲ, ਆਪਣੀ ਕਿਹ ਗੱਡੀ ਹੈ ਇਹ, ਦੂਜੀ ਉੱਧਰ ਖੜੀ ਹੈ ਜੀ ਜਿਹੜਾ ਆਪਾਂ ਯਾਤਰਾ ਸ਼ੁਰੂ ਕਰ ਰਹੇ ਹਾਂ ਭਾਅ ਜੀ ਹੁਣੀ, ਭਾਅ ਜੀ ਕੁਲਵਿੰਦਰ ਭਾਅ ਜੀ। ਅੱਜ ਅਸੀਂ ਪਹੁੰਚਣਾ ਰਿਸ਼ੀਕੇਸ਼, ਕਿੰਨਾ ਕਿਲੋਮੀਟਰ ਦਿਖਾ ਰਿਹਾ ਸੀ? ਰਿਸ਼ੀਕੇਸ਼ 409 ਕਿੰਨਾ? 409, 409 ਕਿਲੋਮੀਟਰ ਆ ਜੀ, ਹੋ ਜੂਗਾ ਆਰਾਮ ਨਾਲ। ਲਓ ਜੀ ਜਿਹੜੀ ਚੀਜ਼ ਸਾਨੂੰ ਲੋੜ ਸੀਗੀ। ਕਿੱਦਾਂ ਵੀਰੇ, ਕਿੰਨੇ ਦਾ? 100 ਰੁਪਏ। ਇੱਧਰ ਆ ਗਿਆ ਜੀ ਮੰਜੀ ਸਾਹਿਬ ਗੁਰਦੁਆਰਾ ਜੋ ਲੁਧਿਆਣਾ ਟੱਪ ਕੇ ਆਉਂਦਾ, ਛੋਟੇ ਛੋਟੇ ਟਰੈਕਟਰ ਜੀ, ਕਿਆ ਬਾਤ ਹੈ ਬੱਚਿਆਂ ਵਾਸਤੇ। ਭਾਅ ਜੀ ਹੋਰ ਕੰਮ ਕਾਰ ਠੀਕ ਹੈ? ਭਾਅ ਜੀ ਗਰਮੀ ਕਾਫੀ ਹੈ, ਹਾਂ। ਲਓ ਜੀ ਬਲਜੀਤ ਸਿੰਘ ਟਰਾਈ ਕਰ ਰਿਹਾ, ਹਾਂ ਠੀਕ ਹੈ ਛੋਟਾ, ਹਾਂ ਠੀਕ ਹੈ, ਲੈ ਨੱਟ ਲਿਆ ਬੇਟੇ ਨੱਟ ਲਿਆ। ਯਾਤਰਾ ਵਾਸਤੇ ਹੁਣ ਆਪਣੀ ਗੱਡੀ ਤਿਆਰ ਹੋ ਗਈ, ਹੁਣ ਲੱਗਦਾ ਜੀ ਯਾਤਰਾ ਹੋ ਰਹੀ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਜੀ, ਇੱਥੋਂ ਬਾਹਰੋਂ ਨਮਸਕਾਰ ਕਰਦੇ ਹਾਂ ਜੀ ਔਰ ਅੱਗੇ ਚਾਲੇ ਪਾਉਂਦੇ ਹਾਂ ਕਿਉਂਕਿ ਅੱਜ ਅਸੀਂ ਰਿਸ਼ੀਕੇਸ਼ ਪਹੁੰਚਣਾ ਉਹ ਬਹੁਤ ਜ਼ਰੂਰੀ ਆ ਕਿਉਂਕਿ 25 ਨੂੰ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਿਹੜੀ ਉਹ ਸਟਾਰਟ ਹੋ ਰਹੀ ਹੈ। ਸੋਚਦੇ ਹਾਂ ਕਿ ਅਸੀਂ ਇੱਕ ਦੋ ਦਿਨ ਐਡਵਾਂਸ ਲੈ ਕੇ ਚੱਲੀਏ ਉੱਥੇ। ਲਿਆਓ ਫਿਰ ਛਕਾ ਦਿਓ ਕੁਛ, ਫੈਸ਼ਨ ਹੋਇਆ ਨਾ ਸਾਰਾ ਆਪਣੇ ਗੁਰਸਿੱਖ ਵੀਰ ਨੇ ਅਤੇ ਘਰੋਂ ਬੰਦਾ ਸਾਰਾ ਕੁਝ ਵੀਰ ਜੀ। ਅੱਛਾ, ਫੋਰਚੂਨਰ ਰੈਸਟੋਰੈਂਟ ਸਪੈਸ਼ਲ ਕੜੀ ਚਾਵਲ ਅਤੇ ਰਾਜਮਾ ਚਾਵਲ, ਮਿੱਠੀ ਅਤੇ ਨਮਕੀਨ ਲੱਸੀ ਔਰ ਪ੍ਰਾਈਜ਼ ਬਿਲਕੁਲ ਰੀਜ਼ਨੇਬਲ ਹੈ ਜੀ, 20 ਰੁਪਏ ਦੀ ਲੱਸੀ, 30 ਰੁਪਏ ਦੀ ਲਾਇਆ ਔਰ ਬਹੁਤ ਸੋਹਣਾ। ਇਹ ਹਾਈਵੇ 'ਤੇ ਜੀ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਸਪੈਸ਼ਲ ਚਾਹ, ਕੜੀ ਚਾਵਲ, ਰਾਜਮਾ ਚਾਵਲ, ਮਟਰ ਪਨੀਰ। ਆਪਾਂ ਜਦੋਂ ਪਟਿਆਲੇ ਵੱਲ ਨੂੰ ਜਾਂਦੇ ਹਾਂ ਨਾ, ਖੰਨੇ ਤੋਂ ਬਾਅਦ ਆਏ, ਖੰਨੇ ਤੋਂ ਬਾਅਦ ਆਉਂਦਾ ਭਾਅ ਜੀ, ਖੰਨੇ ਤੋਂ ਬਾਅਦ, ਠੀਕ ਹੈ ਜੀ। ਲਓ ਜੀ ਆਪਣੀ ਕੜੀ ਚਾਵਲ, ਆਪਣੀ ਡੈਡੀ ਭਾਅ ਜੀ ਕੜੀ ਚੋਲਾ, ਭਾਅ ਜੀ ਕਿਆ ਬਾਤ ਹੈ, ਭਾਅ ਜੀ ਆ ਕੀ ਪਾਇਆ?
ਅੱਛਾ ਪਕੌੜੇ ਕਿੱਦਾਂ ਬਲਜੀਤ ਸਿੰਘ? ਵਧੀਆ ਬੱਲੇ ਬੱਲੇ ਵਾਹ। ਲਓ ਜੀ ਵੀਰ ਜੀ ਨੇ ਆਪਾਂ ਔਡਰ ਕੀਤਾ ਸੀਗਾ। ਵੀਰ ਜੀ ਨਾਂ ਕੀ ਤੁਹਾਡਾ? ਮਨਪ੍ਰੀਤ ਸਿੰਘ। ਬਿਲਕੁਲ ਘਰ ਦਾ ਟੇਸਟ ਹੈ ਜੀ। ਛੱਡਦੇ ਹਾਂ ਜੀ ਆਪਾਂ, ਰਾਜਮਾਂਹ ਵੀ ਟਰਾਈ ਕਰਦੇ ਹਾਂ। ਓਏ ਹੋਏ ਹੋਏ ਕਿਆ ਬਾਤ ਹੈ, ਬਹੁਤ ਸਵਾਦ, ਬਹੁਤ ਸਿੰਪਲ ਹੈ ਜੀ ਲੱਸੀ, ਮਜ਼ਾ ਆ ਗਿਆ। ਦੁਪਹਿਰ ਦਾ ਖਾਣਾ ਹੋ ਗਿਆ ਆਪਣਾ, ਚੱਲਦੇ ਹਾਂ ਜੀ। ਸਫ਼ਰ ਤੈਅ ਕਰਨਾ ਜੀ ਰਿਸ਼ੀਕੇਸ਼ ਤੱਕ। ਅੱਜ ਆਪਾਂ ਰਿਸ਼ੀਕੇਸ਼ ਪਹੁੰਚਣਾ, ਗੁਰੂ ਸਾਹਿਬ ਦੀ ਕਿਰਪਾ ਪੂਰੀ ਹੈ ਜੀ, ਕੋਸ਼ਿਸ਼। ਲਓ ਜੀ ਆਪਾਂ ਅਸੀਂ ਇਸ ਟਾਈਮ ਪਟਿਆਲੇ, ਪਟਿਆਲੇ ਤੋਂ ਆਪਾਂ ਸਾਡੀ ਗੱਡੀ ਹੁਣ ਸਵਾਰੀਆਂ ਨਾਲ ਭਰ ਗਈ, ਕਿਉਂਕਿ ਸੰਗਤਾਂ ਨਾਲ ਹੋਰ ਰਲ ਗਈਆਂ ਨੇ। ਭਾਅ ਜੀ ਹੁਣੀ, ਭੈਣ ਜੀ ਹੁਣੀ ਇਸ ਟਾਈਮ ਲੰਘ ਰਿਹਾ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਦੁੱਖ ਨਿਵਾਰਨ ਸਾਹਿਬ ਪਟਿਆਲਾ। ਔਰ ਨਮਸਕਾਰ ਕਰਦੇ ਹਾਂ ਜੀ, ਗੁਰੂ ਸਾਹਿਬ ਕਿਰਪਾ ਕਰਨ ਜੀ, ਚੜ੍ਹਦੀ ਕਲਾ ਸਾਰਿਆਂ 'ਤੇ ਮੇਰੇ ਭਰਾਤ ਰੱਖਣ। ਔਰ ਅੱਗੇ ਜਾ ਰਹੇ ਹਾਂ ਸਾਰੇ ਕੁਲਵਿੰਦਰ ਭਾਅ ਜੀ ਗੱਡੀ, ਔਰ ਸਾਡੀਆਂ ਦੋ ਗੱਡੀਆਂ ਜਾ ਰਹੀਆਂ ਜੀ। ਕਿੰਨਾ ਸੋਹਣਾ ਮਾਹੌਲ, ਸ਼ੁਰੂ ਸ਼ਬਦਾ ਆਇਆ। ਕਿਹੜੀ, ਹਿਮਾਚਲ ਦੀ ਐਂਟਰੀ? ਹਾਂਜੀ ਹਾਂਜੀ। ਓਕੇ ਥੈਂਕ ਯੂ ਯਾਰ। ਲਓ ਜੀ ਆਪਾਂ ਹਿਮਾਚਲ, ਪੌਂਟਾ ਸਾਹਿਬ ਹਿਮਾਚਲ 'ਚ ਪੈਂਦਾ ਨਾ? ਠੀਕ ਹੈ ਠੀਕ ਹੈ, ਥੈਂਕ ਯੂ ਵੀਰੇ, ਥੈਂਕ ਯੂ। ਉਹ ਪੌਂਟਾ ਸਾਹਿਬ ਇੱਥੇ ਰਹਿ ਗਿਆ ਜੀ 1 ਘੰਟਾ ਅਤੇ 11 ਮਿੰਟ। ਸੋ ਦਰਸ਼ਨ ਹੋ ਗਏ ਜੀ, ਆਪਾਂ ਜਾ ਰਹੇ ਸੀਗੇ ਰਸਤੇ 'ਚ, ਔਰ ਇੱਧਰ ਜੀ ਪੈਦਲ ਯਾਤਰਾ। ਵਾਹਿ ਖਾਲਸਾ, ਵਾਹਿ ਫਤਿਹ ਜੀ, ਖਾਲਸਾ ਫਤਿਹ ਜੀ। ਭਾਈ ਸਾਹਿਬ ਜੀ ਕਦੋਂ ਚੱਲੇ ਸੀਗੇ? 8 ਮਈ ਜੀ। 8 ਮਈ ਨੂੰ ਤੇ ਪਹੁੰਚਣਾ ਕਦੋਂ ਹੈ? ਇਹ 5 ਜੂਨ ਨੂੰ ਪਹੁੰਚਣਾ ਵਾਹਿਗੁਰੂ ਜੀ। 5 ਜੂਨ ਤੇ ਕਿੰਨੀਆਂ ਸੰਗਤਾਂ ਨੇ? ਸੰਗਤਾਂ ਆਪਣੇ ਨਾਲ 20 ਮੈਂਬਰ ਹੈ। ਠੀਕ ਹੈ ਠੀਕ ਹੈ, ਮੈਂਬਰ ਹੈਗੇ ਨੇ ਨਾਲ ਆਪਣੇ ਗੱਡੀ ਉੱਤੇ ਰੱਖਨੇ ਆ। ਠੀਕ ਹੈ, ਧੰਨ ਜੀ, ਨਾਲ ਲੰਗਰ ਹੋਏ ਫਿਰ ਲੰਗਰ ਪਕਾ। ਠੀਕ ਹੈ ਜੀ, ਧੰਨਵਾਦ ਤੁਹਾਡਾ। ਨਹੀਂ ਮਿਲਦੇ ਜੀ, ਕੋਈ ਨਹੀਂ, ਬਹੁਤ ਭਾਗਾਂ ਲਿਆ ਜੀ ਤੁਸੀਂ। ਮੈਂ ਖਾਲਸਾ ਸੋਨਹਾਰੇ ਸਤਿ ਸ੍ਰੀ ਅਕਾਲ। ਭਾਈ ਸਾਹਿਬ ਨੇ ਸੇਵਾ ਕਰਨੀ ਆ ਸੰਗਤ ਦੀ। ਅੱਛਾ ਜੀ, ਭਾਈ ਸਾਹਿਬ। ਅੱਛਾ ਜੀ, ਵਾਹ ਜੀ ਵਾਹ, ਵਾਹ ਜੀ ਵਾਹ। ਇਹ ਹਰ ਸਾਲ ਹੀ ਸੇਵਾ ਕਰਦੇ ਨੇ। ਅੱਛਾ ਜੀ, ਇਹ 22 ਸਾਲ ਹੋ ਗਏ ਇਹਨਾਂ ਨੂੰ ਸੰਗਤ ਦੀ ਸੇਵਾ ਕਰਦੇ ਆ। ਵਾਹ ਜੀ, ਧੰਨਵਾਦ ਜੀ ਤੁਸੀਂ। ਵਾਹ ਜੀ, ਇੱਥੇ ਦੇ ਰਹਿਣ ਵਾਲੇ ਹੋ? ਹਾਂਜੀ ਹਾਂਜੀ। ਠੀਕ ਹੈ ਜੀ, ਠੀਕ ਹੈ ਜੀ। ਤੇ ਫਿਰ ਕਿੱਦਾਂ ਮਹਿਸੂਸ, ਕਿੱਦਾਂ ਮਹਿਸੂਸ ਹੁੰਦਾ ਸੇਵਾ ਕਰਕੇ? ਜਿੱਦਾਂ ਬਹੁਤ ਵਧੀਆ ਆਨੰਦ ਮਿਲਦਾ ਹੈ। ਵਾਹ ਜੀ ਵਾਹ ਵਾਹ। ਦੇਖੋ ਜੀ ਭਾਈ ਸਾਹਿਬ ਹੁਣੀ, ਇਹ ਹਿਮਾਚਲ 'ਚ ਤੁਸੀਂ? ਹਿਮਾਚਲ ਇਹ ਆਏ ਹੋਏ ਸੰਗਤਾਂ ਦੇ ਹੁਣ ਮਾਣ ਸਤਿਕਾਰ ਕਰਨਗੇ, ਇਹਨਾਂ ਦਾ ਰਹਿਸ਼ ਅਤੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਕਰਨਗੇ ਜੀ। ਰਾਤ ਤੋਂ ਲੈ ਕੇ ਸਵੇਰ ਤੱਕ ਇਹਨਾਂ ਨੇ ਸੇਵਾ ਕਰਨੀ। ਠੀਕ ਹੈ ਜੀ, ਠੀਕ ਹੈ। ਮੈਂ ਬਣਾ ਦੂੰ, ਮੈਂ ਵੀਡੀਓ ਬਣਾ ਦੂੰ, ਬਣਾ ਦੂੰ, ਬਣਾ ਦੂੰ। ਲਓ ਜੀ, ਆਪ ਦੋਨੋਂ ਭਾਈ ਹੈ? ਸਹੀ ਭਾਈ ਹੈ। ਅੱਛਾ ਅੱਛਾ ਅੱਛਾ, ਠੀਕ ਹੈ ਜੀ। ਤੋ ਬੜੀ ਕਿਰਪਾ ਤੁਹਾਡੇ ਤੇ ਜੀ, ਮੇਰੇ ਬੇਟੇ ਬਾਹਰ ਹੈ ਜੀ, ਮੇਰੇ ਬੇਟੇ ਫਰਾਂਸ ਮੇ ਹੈ। ਅੱਛਾ ਅੱਛਾ, ਫਰਾਂਸ ਹੈ, ਮੈਂ ਜਾਤਾ ਰਹਤਾ ਹੂੰ ਵਾ ਬਾਈ ਰੋਡ ਫਰਾਂਸ ਮੇ। ਹਾਂ, ਲੰਡਨ ਸੇ ਜਾਤਾ ਰਹਤਾ ਹੂੰ, ਐਡਰੈਸ ਦੂੰਗਾ ਮੈਂ। ਲਓ ਜੀ, ਧਾਰਨ ਹੈ ਜੀ, ਇਹਨਾਂ ਨੇ ਰੋਕ ਲਿਆ ਜੀ ਸਾਨੂੰ ਵੀ ਨਾਲ ਹੀ, ਕਹਿੰਦੇ ਕਿ ਪ੍ਰਸ਼ਾਦਾ ਛੱਕ ਕੇ ਜਾਣਾ, ਤੋ ਇਹਨਾਂ ਦਾ ਅਸੀਂ ਬਚਨ ਮੋੜ ਨਹੀਂ ਸਕੇ, ਸੋ ਅਸੀਂ ਲੰਗਰ ਛੱਕ ਕੇ ਜਾਵਾਂਗੇ ਹੁਣ ਇੱਥੋਂ। ਠੀਕ ਹੈ, ਦੋਨੋਂ ਭਰਾ ਨੇ। ਔਰ ਕਹਿੰਦੇ ਜੀ 20 ਸਾਲ ਤੋਂ ਇਹ ਜਿਹੜੀ ਸੰਗਤ ਆਉਂਦੀ ਹੈ ਨਾ, 20 ਸਾਲ ਤੋਂ ਜਿਹੜੀ ਪੈਦਲ ਸੰਗਤ ਆ ਰਹੀ ਹੈ, ਉਹਨਾਂ ਨੂੰ ਇੱਦਾਂ ਹੀ ਰੋਕ ਕੇ ਉਹਨਾਂ ਦਾ ਸੇਵਾ ਸਤਿਕਾਰ ਇਹਨਾਂ ਨੇ ਆਪਣੇ ਘਰ ਲੈਂਦਾ ਜੀ। ਔਰ ਇਹ ਜੀ ਇਹਨਾਂ ਨੇ ਪੂਜਾ ਰੂਮ ਬਣਿਆ ਹੋਇਆ ਜੀ ਇਹਨਾਂ ਦਾ। ਵਾਹ ਜੀ, ਬੜੇ ਭਾਗਾਂ ਵਾਲੇ ਨੇ ਜੀ।
ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸੋ ਇੱਥੋਂ ਪਤਾ ਲੱਗਦਾ ਜੀ ਗੁਰੂ ਨੂੰ ਪਿਆਰ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਜੀ ਮਾਤਾ ਜੀ। ਆ ਬਹੁਤ ਬਾਗਾਂ ਵਾਲੇ ਹੋ, ਬਹੁਤ ਕਿਸਮਤ ਵਾਲੇ ਹੋ। ਦਾਣਾ ਪਾਣੀ ਇੱਥੇ ਲਿਖਿਆ ਸੀਗਾ, ਹੁਣ ਛੱਕ ਕੇ ਚੱਲਦੇ। ਥੋੜਾ ਸਰ ਥੋੜਾ, ਮੈਂ ਤਾਂ ਪਿਆਰ ਸੇ ਲੈ ਰਹਾ ਹੂੰ, ਬਸ ਜ਼ਿਆਦਾ ਹੋ ਗਿਆ। ਘੀ ਵੀ ਕਰਕੇ ਆਏ। ਅੱਛਾ ਜੀ, ਲਓ ਜੀ ਦੇਸੀ ਘਿਓ ਸ਼ੱਕਰ। ਸੋ ਸੰਗਤਾਂ ਲੱਗ ਚੁੱਕੀਆਂ ਜੀ, ਬੜੇ ਪਿਆਰ ਨਾਲ ਸੇਵਾ ਕਰ ਰਹੇ ਜੀ। ਸਾਡਾ ਦਾਣਾ ਪਾਣੀ ਲਿਖਿਆ ਸੀਗਾ ਇੱਥੇ। ਬਹੁਤ ਸ਼ੁਕਰਾਨਾ ਜੀ ਇਹਨਾਂ ਦਾ, ਬਹੁਤ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਇਹਨਾਂ ਨੂੰ ਹਰ ਮੈਦਾਨ ਫਤਿਹ ਜੀ। ਇਹਨਾਂ ਦੇ ਕਾਰਜ ਰਾਸ ਹਨ ਜੀ ਸਾਰੇ। ਸੋ ਜੀ ਦਾਲਾ ਆ ਗਿਆ, ਬਸ ਬਸ ਬਸ, ਥੈਂਕ ਯੂ। ਬਹੁਤ ਕਿਰਪਾ ਹੋਈ ਗੁਰੂ ਸਾਹਿਬ ਜੀ, ਅਸੀਂ ਪਹੁੰਚ ਗਏ ਜੀ ਪੌਂਟਾ ਸਾਹਿਬ, ਪਰ ਅਸੀਂ ਇੱਥੇ ਰੁਕਣਾ ਨਹੀਂ ਹੈਗਾ, ਇੱਥੇ ਸਟੇਅ ਨਹੀਂ ਕਰਨੀ ਆਪਾਂ, ਆਪਾਂ ਇੱਥੋਂ ਰਿਸ਼ੀਕੇਸ਼ ਨੂੰ ਚੱਲੇ ਪਾਵਾਂਗੇ ਗੁਰੂ ਸਾਹਿਬ। ਅਸੀਂ ਰਿਸ਼ੀਕੇਸ਼ ਪਹੁੰਚਾਂਗੇ ਤਾਂ ਕਿ ਅਗਲੇ 2-3 ਦਿਨ ਜਿਹੜੇ ਪਹਾੜਾਂ ਵਿੱਚ ਡਰਾਈਵਿੰਗ ਹੈਗੀ ਉਹ ਸੇਫ ਹੋ ਸਕੇ, ਕਿਉਂਕਿ ਕੁਛ ਵੀ ਹੋ ਸਕਦਾ, ਕਿਉਂਕਿ ਲਾਸਟ ਟਾਈਮ ਅਸੀਂ ਆਏ ਸੀ ਤੁਹਾਨੂੰ ਪਹਾੜ ਡਿੱਗੇ ਸੀ, ਜਿਹਦੇ ਕਰਕੇ ਸਾਨੂੰ ਰਸਤੇ 'ਚ ਸਟੇਅ ਕਰਨੀ ਪਈ। ਸੋ ਇਸ ਕਰਕੇ ਅਸੀਂ ਥੋੜ੍ਹਾ 2 ਦਿਨ ਐਡਵਾਂਸ ਲੈ ਕੇ ਚੱਲਾਂਗੇ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀਕੇਸ਼, ਉਹ ਆ ਗਏ ਜੀ। ਸੇਵਾ ਦਾ ਗੇਟ ਬੰਦ ਹੈ, ਪਰ ਹਾਂ ਪਿੱਛੇ ਉਹ ਪਿੱਛੇ ਆ, ਖੁੱਲ੍ਹ ਗਿਆ ਜੀ ਗੇਟ। ਬਹੁਤ ਧੰਨਵਾਦ ਸੇਵਾਦਾਰ ਭਾਅ ਜੀ, ਗੱਡੀ ਲਾਉਂਦੇ ਹੋ ਉੱਥੇ। ਵਾਹਿ ਖਾਲਸਾ ਵਾਹਿ ਫਤਿਹ ਜੀ। ਭਾਈ ਸਾਹਿਬ ਚੜ੍ਹਦੀ ਕਲਾ ਜੀ, ਸੰਗਤਾਂ ਆ ਰਹੀਆਂ ਨੇ? ਅੱਛਾ ਜੀ, ਅੱਛਾ ਜੀ, ਅੱਛਾ ਜੀ, ਚਲੋ ਠੀਕ ਹੈ ਜੀ, ਠੀਕ ਹੈ। ਵਾਹਿ ਖਾਲਸਾ, ਭਾਈ ਸਾਹਿਬ ਨੂੰ ਦੱਸਿਆ ਜੀ ਸੰਗਤਾਂ ਆ ਰਹੀਆਂ ਨੇ, ਔਰ ਆਪਾਂ ਹੁਣ ਕਮਰੇ ਬਾਰੇ ਪੁੱਛਦੇ ਹਾਂ ਜੀ। ਹਵਾ ਚੱਲ ਰਹੀ ਬਹੁਤ, ਕੋਟਾਨ ਕੋਟ ਧੰਨਵਾਦ ਗੁਰੂ ਸਾਹਿਬ ਦਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਰੇ ਠੀਕ ਰਹੇ ਜੀ? ਆਨੰਦਮਈ ਹੋ ਗਿਆ ਨਾ ਸਫ਼ਰ? ਬਹੁਤ ਵਧੀਆ, ਹਾਂ ਬਹੁਤ ਕਿਰਪਾ ਜੀ ਗੁਰੂ ਸਾਹਿਬ ਦੀ, ਬਹੁਤ ਆਨੰਦਮਈ ਸਫ਼ਰ ਆਪਣਾ ਨਿਬੜਿਆ। ਪਟਿਆਲੇ ਤੋਂ ਕਿੰਨੇ ਵਜੇ ਚੱਲੇ ਸੀ ਆਪਾਂ? ਪਟਿਆਲੇ ਕੀ ਟਾਈਮ ਸੀ ਹੋਏ? 5:15 ਅਤੇ ਇਸ ਟਾਈਮ ਕੀ ਹੋਇਆ? 12:12, ਮਤਲਬ ਰਾਤ ਦੇ 12:00 ਮਿਡ ਨਾਈਟ ਅਸੀਂ ਪਹੁੰਚ ਗਏ ਹਾਂ। 7 hours ਰਿਸ਼ੀਕੇਸ਼ ਪਹੁੰਚ ਗਏ ਹਾਂ। ਦੂਜੀ ਗੱਡੀ ਕੁਲਵਿੰਦਰ ਭਾਅ ਜੀ, ਜਗਜੀਤ ਸਿੰਘ, ਬਲਜੀਤ ਸਿੰਘ, ਆਪਾਂ ਲੱਗਦੇ ਲਾਈਨ 'ਚ ਇਸ ਤੋਂ ਪਹਿਲੇ ਕਿ ਰਸ਼ ਪਵੇ। ਆ ਜਾਓ, ਆ ਜਾਓ ਭਾਈ ਸਾਹਿਬ ਜੀ, ਆ ਜਾਓ। ਆ ਖਾਲਸਾ ਫਤਿਹ। ਜੇ ਮੈਂ ਇਹ ਮੁੰਡੇ ਮੁੰਡੇ ਹੁੰਦੇ ਤਾਂ ਮੈਂ ਖਿੱਚਦੇ ਨਹੀਂ, ਖਿੱਚਦੇ ਨਹੀਂ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ। ਲਓ ਜੀ ਰਿਹਾਇਸ਼ ਕਮਰੇ ਮਿਲ ਗਏ ਸਾਨੂੰ ਵੀਰ ਜੀ ਦਾ, ਬਹੁਤ ਧੰਨਵਾਦ। ਬਹੁਤ ਆਨੰਦਮਈ ਜੀ ਹਵਾ ਚੱਲ ਰਹੀ ਹੈ, ਔਰ ਕੱਲ੍ਹ ਦਾ ਸਫ਼ਰ ਜਿਹੜਾ ਜੀ ਆਪਣਾ ਪੂਰਾ ਪਹਾੜਾਂ 'ਚ ਹੋਏਗਾ। ਖੁੱਲ੍ਹ ਗਏ ਭਾਅ ਜੀ, ਉੱਧਰ ਹੈ ਇਹ, ਉਹਦੀ ਗਏ 165 ਦੀ ਹੈ।
164 ਇੱਧਰ 164 ਆਏ ਉਹ ਤੁਸੀਂ ਆ ਖੋਲੋ ਉਹ ਭਾਅ ਜੀ 165 ਵਾਲੀ ਇੱਧਰ ਲਾਈ ਜਾਂਦੇ ਗਲਤੀ 'ਚ ਭੁਲੇਖਾ ਵੜ ਗਿਆ ਅੱਛਾ ਸੁੱਤੇ ਸੁੱਤੇ ਆਏ ਹੋ ਤੁਸੀਂ ਆਰਾਮ ਨਾਲ ਨਾਲੇ ਲੰਗਰ ਪਾਣੀ ਛਕਦੇ ਆਏ ਹੋ ਵਾਹ ਵਾਹ ਠੀਕ ਹੈ ਠੀਕ ਹੈ ਠੀਕ ਹੈ ਕਮਰੇ ਸਾਨੂੰ ਮਿਲ ਗਏ ਜੀ ਆਪਾਂ ਹੁਣ ਆਰਾਮ ਕਰਨ ਲੱਗੇ ਹਾਂ ਸਵੇਰ ਦੀ ਯਾਤਰਾ ਦੀ ਤਿਆਰੀ ਕਰਾਂਗੇ ਇਸ ਬਲੌਗ ਨੂੰ ਅਸੀਂ ਇੱਥੇ ਐਂਡ ਕਰਦੇ ਹਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਤੁਹਾਨੂੰ ਹੋਰ ਵੀ ਇੱਦਾਂ ਦੇ ਨਜ਼ਾਰੇ ਔਰ ਕੁਦਰਤ ਔਰ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਰਹੀਏ ਆਪਣਾ ਖਿਆਲ ਰੱਖਣਾ ਜੀ ਧੰਨਵਾਦ